ਹਾਈਵੇ ਜਾਂ ਐਕਸਪ੍ਰੈਸਵੇ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ 1 ਅਪ੍ਰੈਲ ਤੋਂ ਟੋਲ ਟੈਕਸ ਦਰਾਂ ਵਧਾਉਣ ਦੇ ਆਪਣੇ ਫੈਸਲੇ ਨੂੰ ਰੋਕ ਦਿੱਤਾ ਹੈ। ਇੱਕ ਅਸਥਾਈ ਸਟੋਪ ਹੈ। ਹੁਣ ਜਿਹੜੀਆਂ ਦਰਾਂ 1 ਅਪ੍ਰੈਲ ਦੀ ਅੱਧੀ ਰਾਤ 12 ਵਜੇ ਤੋਂ ਵਧਣੀਆਂ ਸਨ ਉਹ ਨਹੀਂ ਵਧਣਗੀਆਂ। ਇਸ ਦਾ ਮਤਲਬ ਹੈ ਕਿ ਸਾਰੇ ਵਾਹਨਾਂ ਨੂੰ ਪਹਿਲਾਂ ਵਾਂਗ ਹੀ ਟੋਲ ਅਦਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ 1 ਅਪ੍ਰੈਲ ਤੋਂ ਟੋਲ ਦਰਾਂ ਵਧਾ ਦੇਵੇਗੀ। ਹਾਲਾਂਕਿ NHAI ਨੇ ਹੁਣੇ ਇਹ ਰਾਹਤ ਦਿੱਤੀ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਟੋਲ ਦਰਾਂ ਅੱਜ ਰਾਤ 12 ਵਜੇ ਤੋਂ ਬਾਅਦ ਵਧਣੀਆਂ ਸਨ ਉਹ ਨਹੀਂ ਵਧਣਗੀਆਂ। NHAI ਨੇ ਹਾਈਵੇ ਅਤੇ ਐਕਸਪ੍ਰੈਸ ਵੇ 'ਤੇ ਟੋਲ ਦਰਾਂ ਨਾ ਵਧਾਉਣ ਦਾ ਜਿਹੜਾ ਵੱਡਾ ਫੈਸਲਾ ਕੀਤਾ ਹੈ। ਵਿੱਤੀ ਸਾਲ 2023-24 ਲਈ ਲਾਗੂ ਮੌਜੂਦਾ ਦਰਾਂ 'ਤੇ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਮਤਲਬ ਕਿ ਜਿਹੜਾ ਟੋਲ ਪਹਿਲਾਂ ਜਿਹੜੇ ਸਫ਼ਰ ਕਰ ਰਹੇ ਸਨ ਯਾਤਰੀ ਐਕਸਪ੍ਰੈਸ ਵੇ ਤੋਂ ਜਾਂ ਟੋਲ ਟੈਕਸ ਜਿਹੜੇ ਰੇਟ 'ਤੇ ਉਹ ਦੇ ਰਹੇ ਸੀ ਉਸੇ ਰੇਟ 'ਤੇ ਜਿਹੜਾ ਟੋਲ ਦਿੱਤਾ ਜਾਵੇਗਾ। ਦਰਅਸਲ NHAI ਦੁਆਰਾ ਐਤਵਾਰ ਦੇਰ ਰਾਤ 1 ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ 1 ਅਪ੍ਰੈਲ ਤੋਂ ਟੋਲ ਵਧਾਉਣ ਦੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ। ਅਗਲੇ ਹੁਕਮਾਂ ਤੱਕ ਵਾਹਨ ਮਾਲਕ ਪਹਿਲਾਂ ਵਾਂਗ ਹੀ ਟੋਲ ਅਦਾ ਕਰਦੇ ਰਹਿਣਗੇ। ਦੱਸਿਆ ਗਿਆ ਕਿ NHAI ਨੇ ਇਹ ਫੈਸਲਾ ਦੇਸ਼ ਵਿੱਚ ਲਾਗੂ ਚੋਣ ਜ਼ਾਬਤੇ ਦੇ ਮੱਦੇਨਜ਼ਰ ਲਿਆ ਹੈ। ਹਾਲਾਂਕਿ NHAI ਅਧਿਕਾਰੀਆਂ ਵੱਲੋਂ ਇਸ ਸੰਬੰਧ 'ਚ ਕੁਝ ਨਹੀਂ ਕਿਹਾ ਗਿਆ।